अच्छा एक दुकान है जिसका नाम है पंजाब, बहुत वड्डी दुकान है। इहदा शटर जदों खुलदा है ते उहदे विच वी सौदा रखिया जांदा ते सौदा वेचदे आ। उह भारत दी वी इक दुकान है वड्डे पद्धर ते, उत्ते पहिलां राम दे नां ते सौदा वेचिया गया, फिर रहीम दे नां ते वेचिया गया, फिर जी गरीबी दे नां ते वेचिया गया, फिर बेरोजगारी दे नां ते वेचिया गया। जदों मुद्दे खत्म हो जांदे आ फिर नवां कढ लैंदे आ। पंजाब दे विच वी इदां ही आ जी, पंजाब दी दुकान दे विच जिहड़ा नवां सौदा आया भगवंत मान होरी ने रखिया बोरा भर के, ਉਹ ਕਹਿੰਦੇ ਵੀ 2.5 ਸਾਲ ਦਾ ਕਾਰਜਕਾਲ ਸਾਡਾ, ਇਸ ਵਾਰੀ ਇੱਥੇ ਵੋਟਾਂ ਮੰਗਣੀਆਂ ਸੀ, ਇਹ ਸੌਦਾ ਵੇਚਣਾ ਸੀ, ਵਿਕੇਗਾ। ਦੇਖੋ ਹੁਣ ਇੱਕ ਪਾਸੇ ਤਾਂ ਮੈਂ ਇਹ ਕਹਿ ਰਿਹਾ ਕਿ ਮੈਂ 2.5 ਸਾਲਾਂ ਦੇ ਪੰਜਾਬ ਦੀ ਕਾਇਆ ਕਲਪ ਕਰਤੀ ਜੀ, ਹਰ ਸ਼ੋਬੇ ਹਰ ਖੇਤਰ 'ਚ ਮੈਂ ਵਿਕਾਸ ਕੀਤਾ ਔਰ ਮਿਸਾਲੀ ਅਸੀਂ ਕੰਮ ਕੀਤੇ ਨੇ, ਠੀਕ ਹੈ। ਔਰ ਉਹ ਮਿਸਾਲੀ ਕੰਮਾਂ ਲਈ ਤੁਸੀਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਤੀ ਜੀ, ਅਤੇ ਲੋਕਾਂ ਤੱਕ ਤੁਸੀਂ ਇਕੱਲੀ ਇਕੱਲੀ ਗੱਲ ਪਹੁੰਚਾਤੀ ਕਿ ਜੀ ਇੰਨੇ ਅਸੀਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇ ਤੀਆਂ, ਇੰਨੇ ਅਸੀਂ ਨਸ਼ੇ ਦੇ ਤਸਕਰ ਫੜ ਲਏ, ਇੰਨੇ ਅਸੀਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਫੜ ਲਏ। ਇੱਕ ਪਾਸੇ DGP ਜਾ ਕੇ ਥਾਣਿਆਂ ਦੇ ਵਿੱਚ ਚੈਕਿੰਗ ਕਰ ਰਹੇ ਨੇ, ਬੜਾ ਕੁਛ ਹੋ ਰਿਹਾ। ਔਰ ਪੇਰੈਂਟ ਟੀਚਰ ਮੀਟਿੰਗ ਜਿਹੜੀ ਹੈ, ਪੇਰੈਂਟ ਅਤੇ ਟੀਚਰਸ ਦੀ ਮੀਟਿੰਗ ਹੈ ਜੀ, ਉਹ ਬੜੇ ਵੱਡੇ ਪੱਧਰ 'ਤੇ ਹੋ ਰਹੀ ਹੈ। ਔਰ ਆ ਜਿਹੜੀਆਂ ਖੇਡਾਂ ਅਸੀਂ ਕਰਾਈਆਂ ਨੇ ਇਹ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ। ਜਿਹੜੇ ਸਾਡੇ ਮੁਹੱਲਾ ਕਲੀਨਿਕ ਨੇ ਉਹ ਦੁਨੀਆ ਦੇ ਆਲਾਤ ਕਲੀਨਿਕ ਨੇ, ਆਪ ਜਾ ਕੇ ਭਾਵੇਂ ਸਿਰ ਕਿਸੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋ ਜਾਂਦੇ ਆ। ਹੁਣ ਜੇ ਤੁਸੀਂ ਸਾ ਕੰਮ ਕੀਤੇ ਆ ਜੀ, ਤਾਂ ਉਹਦੇ ਵਾਸਤੇ ਤੁਹਾਨੂੰ ਲੋਕਾਂ ਕੋਲ ਜਾਣ ਦੀ ਕੀ ਲੋੜ ਆ, ਆਪਣੇ ਘਰੇ ਬਹਿ ਜਾਓ ਆਰਾਮ ਨਾਲ। ਬਿਲਕੁਲ, ਕਿਉਂਕਿ ਲੋਕਾਂ ਨੂੰ ਪਤਾ ਤੁਸੀਂ ਕੀ ਕੀਤਾ, ਅਤੇ ਜੇ ਲੋਕਾਂ ਨੂੰ ਪਤਾ ਨਹੀਂ ਤੁਸੀਂ ਕੀ ਕੀਤਾ ਹੈ ਤਾਂ ਫਿਰ ਐਡੀ ਵੱਡੀ ਇਸ਼ਤਿਹਾਰਬਾਜ਼ੀ ਕਰਨ ਦੀ ਤੁਹਾਨੂੰ ਲੋੜ ਕੀ ਸੀ ਜੀ? ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸੇ ਦਾ ਉਜਾੜਾ ਕੀਤਾ, ਖਜ਼ਾਨੇ ਨੂੰ ਤੁਸੀਂ ਚੂਨਾ ਲਾਇਆ, ਠੀਕ। ਹੁਣ ਇਹ ਹੈਗੀ ਆ ਕਿ ਕੀਤਾ ਕਿਰਾਇਆ ਤਾਂ ਕੱਖ ਨਹੀਂ, ਸਿਰਫ ਪੋਕੀ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ। ਔਰ ਤੁਸੀਂ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਤੁਸੀਂ ਹਵਾਈ ਯਾਤਰਾ ਦੇ, ਕਦੇ ਲਾਲਾ ਜੀ ਦੀ ਹਵਾਈ ਯਾਤਰਾ ਆ ਗਈ, ਕਦੇ ਕਿਸੇ ਦੀ ਆ ਗਈ, ਕਦੇ ਮੁੱਖ ਮੰਤਰੀ ਜੀ ਆਪ ਹੈਲੀਕਾਪਟਰ 'ਤੇ ਚੜ੍ਹ ਗਏ ਜਿਹੜੇ ਦੂਜੇ ਨੂੰ ਮਖੌਲ ਕਰਦੇ ਸੀ। ਹੁਣ ਸਵਾਲ ਇਹ ਹੈ ਕਿ ਲੋਕ ਇਹਨਾਂ ਜ਼ਿਮਨੀ ਚੋਣਾਂ 'ਚ ਸਵਾਲ ਜ਼ਰੂਰ ਪੁੱਛਣਗੇ ਕਿ ਤੁਸੀਂ ਉਹੀ ਭਗਵੰਤ ਮਾਨ ਜੀ ਜੀ ਜਿਹੜੇ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਸ ਚੋਣ ਪ੍ਰਚਾਰ ਤੋਂ ਪਹਿਲਾਂ ਦੀਆਂ ਵੀਡੀਓ ਦੇਖੋ ਜਿਹਦੇ 'ਚ ਭਗਵੰਤ ਮਾਨ ਜੀ ਹੁੱਬ ਹੁੱਬ ਕੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਬਣਨ ਦਿਓ, ਇਹ ਸਰਕਾਰ ਅਸਤੀਫਾ ਦੇਵੇ ਅਤੇ ਫਿਰ ਅਸੀਂ ਦੱਸਾਂਗੇ ਕਿ 22 ਦੀਆਂ 22 ਫਸਲਾਂ 'ਤੇ MSP ਦਿੰਦੇ ਕਿਵੇਂ ਆ, ਅਸੀਂ ਦੇਵਾਂਗੇ, ਠੀਕ। ਇਹ ਉਹ ਬੜੀ ਮਤਲਬ ਕਹਿ ਲਓ ਕਿ ਜ਼ੋਰ ਸ਼ੋਰ ਨਾਲ ਬਿਆਨਬਾਜ਼ੀ ਕਰ ਰਹੇ ਆ। ਦੂਜੇ ਪਾਸੇ ਜਿਹੜੀ ਇਹਨਾਂ ਦੀ 5 ਮਿੰਟਾਂ 'ਚ ਇਕੱਲੀ ਇਕੱਲੀ ਫਸਲ 'ਤੇ MSP ਦੇਣ ਵਾਲੀ ਸੀਗੀ ਅਨਮੋਲ ਗਗਨ ਮਾਨ, ਉਹਨੂੰ ਇਹਨਾਂ ਨੇ ਘਰ ਤੋੜਤਾ, ਹੋ ਸਕਦਾ ਕੁਛ ਕਰ ਦਿੰਦੀ। ਹੁਣ ਜਿਹੜੀਆਂ ਤੁਹਾਡੀਆਂ ਪ੍ਰਾਪਤੀਆਂ ਨੇ, ਪ੍ਰਾਪਤੀਆਂ ਕੀ ਨੇ, ਉਹ ਸੜਕਾਂ 'ਤੇ ਨਜ਼ਰ ਆ ਰਹੀਆਂ ਨੇ। ਜਿਹੜੇ ਮੁਲਾਜ਼ਮ ਵਰਗ ਨੇ, ਜਿੰਨੇ ਮੁਲਾਜ਼ਮ ਵਰਗ ਨੇ, ਉਹਨਾਂ 'ਚ ਡਾਕਟਰਸ ਵੀ ਨੇ, ਪ੍ਰੋਫੈਸਰਸ ਵੀ ਨੇ, ਠੀਕ, ਆਂਗਨਵਾੜੀ ਵਰਕਰਸ ਵੀ ਨੇ। ਜਿਹੜਾ ਕੋਈ ਪ੍ਰੋਫੈਸਰ ਲੱਗਦਾ ਜਿਹੜਾ ਪੜ੍ਹਾਉਣ ਜਾਂਦਾ ਉਹਨੂੰ 15,500 ਰੁਪਇਆ ਮਹੀਨਾ ਮਿਲਦਾ, ਅਜੇ ਤੱਕ ਤੁਸੀਂ ਉਹਨਾਂ ਦੀ ਤਨਖਾਹ ਨਹੀਂ ਵਧਾ ਸਕੇ, ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਸਕੇ, ਤੁਹਾਡੇ ਕੋਲ ਮੀਟਰ ਰੀਡਰ ਤੱਕ ਹੈ ਨਹੀਂ ਗੇ। ਔਰ ਬਿਜਲੀ ਦਾ ਜਿਹੜਾ ਹਾਲ ਹੁੰਦਾ ਤੁਸੀਂ ਵੇਖੇ ਆ, ਕਿੱਡੇ ਕਿੱਡੇ ਘੱਟ ਲੱਗਦੇ ਰਹੇ। ਔਰ ਜਿੱਥੋਂ ਤੱਕ ਤੁਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋ, ਉਹਨਾਂ ਦੇ ਵਿੱਚ ਪ੍ਰਾਪਤ ਸਹੂਲਤਾਂ ਹੈ ਨਹੀਂ ਗੀਆਂ, ਤੁਸੀਂ ਸਿਰਫ ਗਿਣਤੀ ਵਧਾਈ ਆ, ਜਾਂ ਫਿਰ ਤੁਸੀਂ ਕੀ ਕੀਤਾ ਕਿ ਜਿਹੜੀਆਂ ਉਸ ਵੇਲੇ ਦੀਆਂ ਡਿਸਪੈਂਸਰੀਆਂ ਸੀ ਸਰਕਾਰੀ, ਜਿਹੜੀਆਂ ਵਧੀਆ ਕੰਮ ਕਾਜ ਕਰ, ਉਹਨਾਂ ਦੇ ਪੱਟੇ ਤੁਸੀਂ ਲਾਤੇ ਆ। ਸਕੂਲਸ ਆਫ ਐਮੀਨੈਂਸ ਤੁਸੀਂ ਕਹਿੰਦੇ ਹੋ ਅਸੀਂ ਬਣਾਏ ਆ, ਉਹ ਸਕੂਲ ਉਹ ਨੇ ਜਿਹੜੇ ਪਹਿਲਾਂ ਬੜੇ ਸੁਚਾਰੂ ਢੰਗ ਨਾਲ ਚੱਲਦੇ ਸੀ, ਜਿਹਨਾਂ ਦਾ ਇਲਾਕਿਆਂ ਦੇ ਵਿੱਚ ਇੱਕ ਪ੍ਰਭਾਵ ਸੀ ਔਰ ਮੰਨੇ ਜਾਂਦੇ ਸੀ ਕਿ ਬਹੁਤ ਉੱਚ ਪਾਏ ਦੇ ਸਕੂਲ ਨੇ, ਸਿਰਫ ਤੁਸੀਂ ਬੋਰਡ ਬਦਲੇ ਨੇ। ਹੋਰ ਤੁਸੀਂ ਕੀਤਾ ਕੀ ਹੈ, ਤੁਹਾਡੀ ਕੀ ਪ੍ਰਾਪਤੀ ਹੈ? ਤੁਹਾਡੀ ਇਹ ਪ੍ਰਾਪਤੀ ਹੈ ਕਿ ਤੁਸੀਂ ਬਾਕੀ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਦੀਆਂ ਜੂਠਾਂ ਨੂੰ ਤੁਸੀਂ ਆਪਣੇ 'ਚ ਰਲਾ ਲਿਆ, ਜਿਹੜੇ ਸਧਾਰਨ ਕਾਰਜਕਰਤਾ ਸੀ ਜਿਹਨਾਂ ਦੀਆਂ ਜੁੱਤੀਆਂ ਘੱਸ ਗਈਆਂ ਤੁਹਾਡੇ ਵਾਸਤੇ ਕੰਮ ਕਰਦਿਆਂ ਨੂੰ, ਉਹਨਾਂ ਨੂੰ ਤੁਸੀਂ ਮੂੰਹ ਨਹੀਂ ਲਾਇਆ ਜੀ। ਔਰ ਫਿਰ ਇੱਕ ਹੋਰ, ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਜੀ, ਉੱਥੇ ਤੁਸੀਂ ਕੀ ਕਰ ਲਿਆ? ਉੱਥੇ ਮਤਲਬ ਇੱਥੋਂ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਜੀ ਜਾਂ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਬੀ ਟੀਮ ਹੈ, ਕਿਉਂਕਿ ਜ਼ਮਾਨਤ 'ਤੇ ਉਹਨਾਂ ਨੂੰ ਤਾਂ ਬਾਹਰ ਕੱਢਿਆ ਗਿਆ ਸੀਗਾ ਕਿ ਵੋਟਾਂ ਤੋੜੋ ਤੁਸੀਂ ਇੱਥੇ ਆ ਗਈ। ਔਰ ਇੱਕ ਪਾਸੇ ਸਾਧ ਨੂੰ ਕੱਢਤਾ ਉਹਨਾਂ ਨੇ, ਬਿਲਕੁਲ ਜੀ, ਭੁਵਨੇ ਸਾਧ ਬਲਾਤਕਾਰੀ ਨੂੰ ਉਹਨੂੰ ਰਿਹਾਅ ਕਰਤਾ ਕਿ ਜਾ ਯਾਰ ਤੂੰ ਆਪਣਾ ਜਿਹੜੀ ਕਾਮਲੀਲਾ ਰਚਾਉਣੀ ਹੈ ਮਹੀਨਾ ਹੋਰ ਖੰਡ 'ਚ ਚਾਲਾ। ਔਰ ਲਾਲਾ ਜੀ ਇਹ ਕਹਿੰਦੇ ਰਹੇ ਕਿ ਜੀ ਭਾਜਪਾ ਹੈ, ਨਹੀਂ ਨਹੀਂ ਇਹ ਗੱਲਾਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਇਹ ਨੀਗੀਆਂ, ਅੰਦਰ ਖਾਤੇ ਤਾਂ ਬਹੁਤ ਕੁਛ ਹੁੰਦਾ। ਸੋ ਹੁਣ ਜਿਹੜੀ ਹਾਲਤ ਹੈ ਇਹਨਾਂ ਦੀ ਇਹ ਹੈ ਕਿ ਜੇ ਤੁਹਾਨੂੰ ਆਪਣੀਆਂ ਪ੍ਰਾਪਤੀਆਂ ਗਣਵਾਉਣੀਆਂ ਪੈ ਰਹੀਆਂ ਨੇ, ਹਲਕਾ ਇੰਚਾਰਜਾਂ ਦੀ ਫੌਰ ਤੈਨਾਤ ਕਰਨੀ ਪੈ ਰਹੀ ਹੈ, ਘਰ ਘਰ ਜਾ ਕੇ ਤੁਸੀਂ ਲੋਕਾਂ ਨੂੰ ਦੱਸਣਾ ਪੈਣਾ, ਤਾਂ ਲੱਖ ਲਾਣ ਤਾਂ ਫਿਰ ਤੁਹਾਡੇ। ਨਹੀਂ ਐਸੀ ਗੱਲ ਤਾਂ ਨਹੀਂ, ਚਲੋ ਪੰਜਾਬ ਦੀ ਕੁਛ ਤਰੱਕੀ ਨਹੀਂ ਹੋਈ, ਹੋਇਆ ਤਾਂ ਬਹੁਤ ਕੁਛ ਹੈ, ਬਾਕੀ ਹਰ ਬੰਦੇ ਦਾ ਦੇਖਣ ਦਾ ਨਜ਼ਰੀਆ ਹੁੰਦਾ। ਹੁਣ ਦੇਖੋ ਨਾ ਜੀ, ਜਿਹੜੀ ਚੀਜ਼ ਆਪਾਂ ਕਹਿੰਦੇ ਹਾਂ ਵੀ ਜਿਹੜੀ ਚੀਜ਼ ਨਹੀਂ ਮਿਲ ਰਹੀ ਸੀ ਹੁਣ ਆਰਾਮ ਨਾਲ ਮਿਲ ਰਹੀ ਹੈ, ਪਰ ਚਿੱਟਾ ਨਹੀਂ ਸੀ ਮਿਲ ਰਿਹਾ, ਪੁਲਿਸ ਵਾਲੀ ਆਪ ਵੇਚ ਰਹੇ ਆ, ਠੀਕ ਹੈ ਨਾ।
ਇੱਕ ਸਾਬਕਾ ਐਮਐਲਏ ਵੇਚਦੀ ਫੜੀ ਗਈ ਹੈ, ਫੜੇ ਗਏ ਹੈ, ਮਤਲਬ ਇਹ ਤਾਂ ਨਹੀਂ ਘਰ ਘਰ ਚੀਜ਼ ਮਿਲ ਰਹੀ ਹੈ, ਮੈਨੂੰ ਤਾਂ ਇਹੀ ਦੱਸਣ ਜਾਣਾ ਉਹਨਾਂ ਨੇ ਵੀ ਸਾਰਾ ਕੁਛ ਮਿਲਦਾ ਰਿਹਾ ਜੋ ਮੈਂ ਛਕਦਾ ਜੋ ਪਹਿਲਾਂ ਸੁਖਬੀਰ ਸਾਹਿਬ ਛਕਦੇ ਸੀ ਉਹ ਤੁਸੀਂ ਵੀ ਛਕ ਲਓ, ਪ੍ਰਸ਼ਾਦੇ ਹੀ ਹੈ।